ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਧਰਮਾ ਹਰਿਆਊ ਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ। ਸੋ ਜਿਸ ਤਰ੍ਹਾਂ ਕਹਿੰਦੇ ਨੇ ਕਿ ਜੇ ਗੱਲ ਫਨਕਾਰਾਂ ਦੀ ਕਰੀਏ, ਕਲਾਕਾਰਾਂ ਦੀ ਕਰੀਏ, ਤਾਂ ਅਨੇਕਾਂ ਕਲਾਕਾਰ ਨੇ ਜਿਹੜੇ ਨਿੱਤ ਨਵੇਂ ਆ ਰਹੇ ਨੇ ਅਤੇ ਗਾ ਗਾ ਕੇ ਵੀ ਬੜੇ ਚਲੇ ਗਏ ਇਸ ਦੁਨੀਆ ਤੋਂ। ਪਰ ਕੁਝ ਕੁ ਇੱਦਾਂ ਦੇ ਹੁੰਦੇ ਨੇ ਕਲਾਕਾਰ, ਸਾਰੇ ਆਪੋ ਆਪਣੇ ਵਿਸ਼ਿਆਂ ਮੁਤਾਬਕ, ਆਪੋ ਆਪਣੀ ਗਾਇਕੀ ਦੇ ਮੁਤਾਬਕ ਗਾਉਂਦੇ ਨੇ, ਪਰ ਕੁਛ ਲੱਚਰ ਗਾਉਣ ਵਾਲੇ ਵੀ ਹੁੰਦੇ ਨੇ, ਹੁਣ ਤੱਕ ਦੇ ਆਪਾਂ ਸੁਣਦੇ ਆਉਂਦੇ ਹਾਂ। ਅਤੇ ਕੁਝ ਇੱਦਾਂ ਦੇ ਵੀ ਹੁੰਦੇ ਨੇ ਜਿਹੜੇ ਸਮਾਜ ਨੂੰ ਸੇਧ ਦਿੰਦੇ ਹੁੰਦੇ ਨੇ, ਕੁਝ ਇੱਦਾਂ ਦੇ ਕਲਾਕਾਰ ਵੀ ਹੁੰਦੇ ਨੇ ਜਿਹੜੇ ਪੈਸੇ ਨੂੰ ਸਭ ਕਾਸ ਨੂੰ ਪਿੱਛੇ ਛੱਡ ਕੇ ਸਿਰਫ ਇੱਕ ਚੰਗੀ ਸੋਚ ਲੈ ਕੇ ਸਾਡੇ ਸਮਾਜ ਨੂੰ, ਸਾਡੇ ਬੱਚਿਆਂ ਨੂੰ ਨਵੀਆਂ ਗੱਲਾਂ ਸਿਖਾਉਣ ਦੇ ਵਾਸਤੇ, ਸਾਡੇ ਇਤਿਹਾਸ ਨਾਲ, ਸਾਡੇ ਸੱਭਿਆਚਾਰ ਨਾਲ ਜੋੜਨ ਦੇ ਵਾਸਤੇ ਕੁਛ ਗੱਲਾਂ ਗਾਉਂਦੇ ਨੇ, ਕੁਛ ਗੀਤ ਗਾਉਂਦੇ ਨੇ। ਆਓ ਅੱਜ ਆਪਾਂ ਉਹਨਾਂ ਦੇ ਵਿੱਚੋਂ ਹੀ ਇੱਕ ਕਲਾਕਾਰ ਭੋਲਾ ਸਿੰਘ ਸੰਗਰਾਮੀ, ਜੋ ਕਿ ਜ਼ਿਲ੍ਹਾ ਸੰਗਰੂਰ ਦੇ ਮਾਡਲ ਟਾਊਨ ਸਿਰੋਂ ਦੇ ਵਿੱਚ ਰਹਿੰਦੇ ਨੇ, ਆਓ ਅੱਜ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਰੰਗ ਪੰਜਾਬ ਦੇ ਯੂਟਿਊਬ ਚੈਨਲ ਵੱਲੋਂ ਭੋਲਾ ਸਿੰਘ ਜੀ, ਸੰਗਰਾਮੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ। ਰੰਗ ਪੰਜਾਬ ਯੂਟਿਊਬ ਚੈਨਲ ਵੱਲੋਂ ਤੁਸੀਂ ਮੇਰੇ ਨਗਰ ਦੇ ਵਿੱਚ ਆਏ ਹੋ, ਮੇਰੇ ਘਰ 'ਚ ਆਏ ਹੋ, ਮੈਂ ਤੁਹਾਨੂੰ ਜੇ ਆਇਆ ਕਹਿੰਦਾ ਜੀ। ਸ਼ਰਮਾ ਜੀ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ। ਸੋ ਤੁਹਾਡਾ ਜਿਹੜਾ ਗਾਇਕੀ ਦਾ ਸਫ਼ਰ ਹੈ, ਉਹ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ ਜੀ? ਮੇਰਾ ਜਿਹੜਾ ਗਾਇਕੀ ਦਾ ਸਫ਼ਰ ਆ ਧਰਮਾ ਜੀ, ਅਸਲ ਬਚਪਨ ਤੋਂ ਹੀ ਸ਼ੁਰੂ ਹੋਇਆ ਜੀ। ਬਚਪਨ ਦੇ ਵਿੱਚ ਮੈਂ ਥੋੜ੍ਹੀ ਮੋਟੀ ਪੜ੍ਹਾਈ ਦੇ ਨਾਲ ਨਾਲ ਮੈਨੂੰ ਘਰ ਦੀਆਂ ਮਜ਼ਬੂਰੀਆਂ ਕਰਕੇ ਬੱਕਰੀਆਂ ਚਾਰਨੀਆਂ ਪਈਆਂ ਜੀ, ਅਤੇ ਰਕਸ਼ਾ ਵੀ ਚਲਾਉਣਾ ਪਿਆ ਜੀ। ਇਹਦੇ ਕਾਰਨ ਕੀਤੇ ਵੀ ਜਿਹੜਾ ਮੇਰਾ ਪਿਤਾ ਜੀ ਹੈ ਜੀ, ਉਹ ਜਿਹੜੇ ਪਿਤਾ ਦੀ ਆਪਾਂ ਦੇਣ ਤਾਂ ਨਹੀਂ ਦੇ ਸਕਦੇ, ਪਰ ਉਹਨਾਂ ਨੂੰ ਸ਼ਰਾਬ ਦੀ ਜਿਹੜੀ ਲੱਤ ਸੀਗੀ, ਹਾਂਜੀ, ਉਹ ਘਰ ਦੇ ਵਿੱਚ ਕੋਈ ਸਾਨੂੰ ਪੈਸਾ ਨਹੀਂ ਦਿੰਦਾ ਸੀਗਾ ਜੀ। ਉਹ ਸਾਰੇ ਪੈਸੇ ਆਪ ਖਾ ਜਾਂਦਾ ਸੀ, ਬਲਕਿ ਸਾਡੀਆਂ ਦਿਹਾੜੀਆਂ ਵੀ ਮੇਰੇ ਮਾਂ ਦੀ ਦਿਹਾੜੀਆਂ ਖਾ ਜਾਂਦਾ ਸੀਗਾ ਜੀ। ਉਸ ਕਰਕੇ ਫਿਰ ਮੈਨੂੰ ਉਹ ਜਿਹੜਾ ਕਬੀਲਦਾਰੀ ਦਾ ਬੋਝ ਹੈ, ਬੋਝ ਹੈ ਜਿਹੜਾ ਤੁਹਾਡੇ ਦੇ ਬਚਪਨ ਦੇ ਵਿੱਚ ਹੀ ਬਚਪਨ 'ਤੇ ਪੈ ਗਿਆ। ਹਾਂ, ਉਹਦੇ ਵਿੱਚ ਨਾਲ ਨਾਲ ਫਿਰ ਮੈਨੂੰ ਸਾਰੇ ਕੰਮ ਧੰਦੇ ਜਾਣੀ ਕਰਨੇ ਪਏ ਨਾਲ ਨਾਲ। ਜਿਵੇਂ ਤੁਹਾਡਾ ਸ਼ੌਂਕ ਸੀਗਾ ਗਾਉਣਾ, ਉਹ ਗਾਉਂਦੇ ਰਹਿੰਦੇ ਅਤੇ ਨਾਲ ਹੀ ਜਿਵੇਂ ਬੱਕਰੀਆਂ ਚਰਨ ਜਾਂਦੇ ਖੇਤ, ਅਤੇ ਘਰ ਦੀਆਂ ਜ਼ਿੰਮੇਵਾਰੀਆਂ, ਅਤੇ ਰਿਕਸ਼ਾ ਵੀ ਚਲਾਉਂਦੇ ਰਹੇ ਤੁਸੀਂ? ਹਾਂ ਹਾਂ, ਮਤਲਬ ਕਿ ਇਸ ਤਰ੍ਹਾਂ ਹੀ ਚੱਲਦੇ ਚੱਲਦੇ? ਹਾਂ, ਇਸ ਤਰ੍ਹਾਂ। ਹਾਂ, ਇਹ ਮੈਂ ਗੁਣਗੁਣਾਉਂਦਾ ਰਹਿੰਦਾ ਚੰਗੇ ਜਿਹੜੇ ਵਧੀਆ ਗਾਇਕਾਂ ਦੇ ਗੀਤ 'ਤੇ ਗਏ, ਜਾਂ ਚੰਗੇ ਲੇਖਕਾਂ ਦੇ ਗੀਤ, ਜਾਂ ਚੰਗੀਆਂ ਕਹਾਣੀਆਂ ਜਾਣੀ ਸੁਣਨੀਆਂ, ਧਿਆਨ ਨਾਲ ਕਿਤੇ ਕਵਿਸ਼ਰੀ ਲੱਗੀ ਹੋਈ ਜੀ, ਉਹ ਫਿਰ ਹੌਲੀ ਹੌਲੀ ਦਿਮਾਗ 'ਚ ਗੱਲ ਘੁੰਮਦੀ ਰਹੀ, ਹੌਲੀ ਹੌਲੀ ਕਿਤੇ ਨਾ ਕਿਤੇ ਦਿਮਾਗ ਟਿੰਗ 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 ਕਰਦਾ ਰਹਿੰਦਾ ਸੀ, ਕਿਉਂਕਿ ਮਨ ਦਾ ਸ਼ੌਂਕ ਹੈ ਜਿਹੜਾ, ਜਿਵੇਂ ਸਿਆਣੇ ਕਹਿੰਦੇ ਨੇ ਕਦੇ ਬੰਦੇ ਦਾ ਸ਼ੌਂਕ ਨਹੀਂ ਮਰਦਾ ਜੀ। ਹਾਂ, ਔਰ ਤੁਹਾਨੂੰ ਮਤਲਬ ਕਿ ਅੱਗੇ ਆਉਣ ਦੇ ਵਾਸਤੇ ਫਿਰ ਉਸ ਦਲਦਲ ਦੇ ਵਿੱਚੋਂ ਨਿਕਲਣ ਦੇ ਲਈ ਕਿੰਨਾ ਨੇ ਸਪੋਰਟ ਕੀਤਾ, ਮਤਲਬ ਕਿ ਕਿੰਨਾ ਦਾ ਸਹਿਯੋਗ ਮਿਲਿਆ ਤੁਹਾਨੂੰ? ਦੇਖੋ, ਜੇ ਸਹਿਯੋਗ ਤਾਂ ਉਹ ਜੇ ਸਾਰੇ ਸਿਸਟਮ 'ਚੋਂ ਲਾਈਏ ਜੀ, ਜਦੋਂ ਮੈਂ ਪਹਿਲੀ ਵਾਰ ਮੰਨ ਲਓ ਗੀਤ ਬੋਲਿਆ ਸੁਨਾਮ ਊਧਮ ਸਿੰਘ ਦੀ ਧਰਤੀ ਤੋਂ ਜੀ ਸ਼ੁਰੂਆਤ ਕੀਤੀ ਜੀ, ਪਹਿਲੀ ਵਾਰੀ ਤੁਸੀਂ ਊਧਮ ਸਿੰਘ ਜੀ ਉਹਨਾਂ ਦੀ ਧਰਤੀ ਸੁਨਾਮ ਦੇ ਵਿੱਚੋਂ? ਹਾਂ ਜੀ, ਸੁਨਾਮ ਦੀ ਧਰਤੀ, ਊਧਮ ਸਿੰਘ ਦੀ ਜਿਹੜੀ ਧਰਮਸ਼ਾਲਾ ਹੈ ਵੱਡੇ ਗੁਰਦੁਆਰੇ ਦੇ ਨੇੜੇ ਜੀ, ਸਭ ਤੋਂ ਪਹਿਲਾਂ ਗੀਤ ਮੇਰਾ ਉੱਥੋਂ ਸ਼ੁਰੂ ਹੋਇਆ ਗਾ ਜੀ। ਉਸ ਤੋਂ ਬਾਅਦ ਮੈਂ ਜਾਣੀ ਜਿਹੜਾ ਜਥੇਬੰਦੀਆਂ ਨਾਲ ਮੇਰਾ ਵਾਹ ਪੈ ਗਿਆ ਜੀ, ਜਥੇਬੰਦੀਆਂ ਨਾਲ ਮੈਂ ਜਦੋਂ ਸੰਘਰਸ਼ਾਂ 'ਤੇ ਜਾਣ ਲੱਗਿਆ ਜੀ, ਸੰਗਰਾਮੀ ਜਿਹੜੇ ਲੋਕ 'ਤੇ ਉਹਨਾਂ ਨਾਲ ਹਾਂਜੀ ਜਾਣ ਲੱਗਿਆ, ਤਾਂ ਮੇਰਾ ਜਿਹੜਾ ਮੈਨੂੰ ਤਜਰਬਾ ਆਉਂਦਾ ਗਿਆ ਗੀਤਾਂ ਦਾ ਜੀ, ਕਵਿਤਾਵਾਂ ਦਾ, ਉਹਨਾਂ ਨੂੰ ਸੁਣਦਾ ਰਿਹਾ ਮੈਂ ਜੀ, ਸੁਣਦੇ ਰਿਹਾ ਉਹਨਾਂ ਦੇ ਭਾਸ਼ਣ, ਸੁਣਦਾ ਰਿਹਾ ਜੀ, ਫਿਰ ਉਦੋਂ ਬਾਅਦ ਨਾਲ ਨਾਲ ਕਿਤਾਬਾਂ ਪੜ੍ਹਦਾ ਰਿਹਾ, ਭਗਤ ਸਿੰਘ ਹੋਰਾਂ ਦੀਆਂ ਅਤੇ ਸਰਾਭੇ ਹੋਰਾਂ ਦੀਆਂ, ਸਰਦਾਰ ਊਧਮ ਸਿੰਘ ਹੋਰਾਂ ਦੀਆਂ ਜੀ, ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਵੀ ਕਾਫੀ ਚਾਨਣਾ ਮੈਨੂੰ ਜਾਣੀ, ਜਦੋਂ ਉੱਥੇ ਚੰਗੇ ਲੀਡਰ ਬੋਲਦੇ ਵੀ ਉਹਨਾਂ ਨੇ ਜਾਣੀ ਕਿਵੇਂ ਕੁਰਬਾਨੀਆਂ ਦਿੱਤੀਆਂ ਜੀ, ਭਗਤ ਸਿੰਘ ਹੋਰਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ, ਕਰਤਾਰ ਸਿੰਘ ਸਰਾਭੇ ਹੋਰਾਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ, ਜਾਂ ਸਾਡੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੇ ਜਿਹਨਾਂ ਨੇ ਬੰਦ ਕਟਾਏ, ਚਰਖੜੀਆਂ 'ਤੇ ਚੜ੍ਹੇ, ਨਿਉਆਂ ਦੇ ਵਿੱਚ ਬੱਚੇ ਚਿਣੇ ਗਏ, ਸਾਰਾ ਸਰਬੰਸ ਤੁਹਾਡੇ
ਕਿ ਇੱਕ ਗੱਲ ਇੱਥੇ ਇਹ ਹੈ ਵੀ ਤੁਸੀਂ ਜੋ ਵੀ ਗਾਇਆ ਜੋ ਵੀ ਗਾਉਂਦੇ ਹੋ ਇੱਕ ਸਾਹਿਤਕ ਸ਼ਹੀਦਾਂ ਨੂੰ ਸਮਰਪਿਤ ਉਹਨਾਂ ਦੀਆਂ ਗੱਲਾਂ ਗੁਰੂਆਂ ਦੀਆਂ ਗੱਲਾਂ ਤਕਰੀਬਨ ਤੁਸੀਂ ਉਹੀ ਚੀਜ਼ਾਂ ਹੁਣ ਤੱਕ ਗਾਉਂਦੇ ਰਹੇ ਹੋ ਅਤੇ ਗਾ ਰਹੇ ਹੋ। ਹਾਂਜੀ, ਜਿਵੇਂ ਅੱਜ ਕੱਲ੍ਹ ਦੇ ਕਲਾਕਾਰ ਨੇ ਇੱਕ ਰਾਤੋਂ ਰਾਤ ਸਟਾਰ ਹੋਣ ਦੇ ਵਾਸਤੇ ਪੈਸੇ ਦੀ ਦੌੜ ਦੇ ਵਿੱਚ ਪਤਾ ਨਹੀਂ ਰਾਤੋਂ ਰਾਤ ਹੀ ਕੀ ਕੁਛ ਗਾ ਦੇਣਾ, ਕਿਉਂਕਿ ਨੈੱਟ ਦਾ ਜ਼ਮਾਨਾ, ਗਾ ਕੇ ਪਾ ਹੀ ਦੇਣਾ, ਪਰ ਉਹਦਾ ਮਤਲਬ ਕੀ ਨਿਕਲਦਾ ਕਿਸੇ ਨੂੰ ਨਾ ਹੋਈ ਸੋਚਣਾ ਵੀ ਸਾਡੇ ਸਮਾਜ ਨੂੰ ਸੇਧ ਕੀ ਜਾਂਦੀ ਹੈ। ਤੁਸੀਂ ਉਹਨਾਂ 'ਚ ਸਾਰੀਆਂ ਚੀਜ਼ਾਂ ਤੋਂ ਹਟ ਕੇ ਸਿਰਫ ਇੱਕ ਸਾਹਿਤਕ ਚੀਜ਼ਾਂ ਨੇ ਜਿਹੜੀਆਂ ਜਿਨ੍ਹਾਂ ਦੀ ਸਾਡੇ ਸਮਾਜ ਨੂੰ ਲੋੜ ਹੈ, ਸਾਡੇ ਸ਼ਹੀਦਾਂ ਦੀਆਂ ਗੱਲਾਂ, ਸਾਡੇ ਸੱਭਿਆਚਾਰ ਦੀਆਂ ਗੱਲਾਂ ਅਤੇ ਸਾਡੇ ਗੁਰੂ ਇਤਿਹਾਸ ਨੂੰ ਸਭ ਤੋਂ ਵੱਧ ਤੁਸੀਂ ਮਤਲਬ ਕਿ ਗਾਇਆ, ਇਹਦੇ ਵਿੱਚ ਪਿੱਛੇ ਤੁਹਾਨੂੰ ਮਤਲਬ ਕਿਸੇ ਦੀ ਪ੍ਰੇਰਨਾ ਸੀ ਜਾਂ ਤੁਹਾਡੇ ਆਪਦੇ ਦਿਮਾਗ ਦੀ ਹੀ ਮਤਲਬ ਕਿ ਸ਼ੁਰੂ ਤੋਂ ਇਸ ਪਾਸੇ ਸੀ? ਧਰਮਾ ਜੀ, ਮੈਨੂੰ ਜੇ ਮੈਂ ਕਹੀ ਵੀ ਮੈਨੂੰ ਕੋਈ ਖਾਸ ਪ੍ਰੇਰਨਾ ਕਿਸੇ ਦੀ ਨਹੀਂ ਦੀ ਬਹੁਤੀ ਜੀ। ਤੁਸੀਂ ਗੱਲ ਕੀਤੀ ਹੈ ਵੀ ਸ਼ਹੀਦਾਂ ਦੇ ਯਾਦ ਦੇ ਗੀਤ ਕਿਉਂ ਗਾਉਂਦੇ ਹੋ, ਗੁਰੂਆਂ ਦੇ ਯਾਦ ਦੇ ਗੀਤ ਕਿਉਂ ਗਾਉਂਦੇ ਹੋ, ਉਹਨਾਂ ਨੂੰ ਪਿਆਰ ਕਿਉਂ ਕਰਦੇ ਹੋ? ਤੁਸੀਂ ਇੱਕ ਸਾਂਭ ਲਾ ਸਕਦੇ ਹੋ? ਨਹੀਂ ਨਹੀਂ, ਕਿਉਂ ਨਹੀਂ ਜੀ, ਇਹ ਇੱਥੇ ਇਹ ਹੈ, ਮੇਰਾ ਸਵਾਲ ਇਹ ਹੈ ਵੀ ਮਤਲਬ ਕਿ ਬਾਕੀ ਜਿਵੇਂ ਅੱਜ ਕੱਲ੍ਹ ਦੀ ਦੌੜ ਹੈ, ਤੁਹਾਡੀ ਸੋਚ ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਗਾ ਰਹੇ ਹੋ, ਪਰ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਉਂਦਾ ਕਦੇ ਕਿਸ ਤਰ੍ਹਾਂ ਦਾ ਵੀ ਜਿਵੇਂ ਤੁਸੀਂ ਗਰੀਬੀ ਦੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਵੀ ਜੂਝ ਰਹੇ ਹੋ? ਮਤਲਬ ਇੱਕ ਤੁਹਾਡਾ ਟਾਈਮ ਪਾਸ ਹੀ ਹੈ ਜੇ ਦੇਖਿਆ ਜਾਵੇ, ਘਰੇਲੂ ਹਾਲਾਤਾਂ ਤੋਂ ਲੱਗ ਹੀ ਰਿਹਾ, ਅਤੇ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਤੁਹਾਡੇ ਮਨ ਦੇ ਵਿੱਚ ਤਾਂ ਨਹੀਂ ਕਦੇ ਆਇਆ ਵੀ ਅਸੀਂ ਵੀ ਉੱਦਾਂ ਦੇ ਗੀਤ ਗਾ ਲਈਏ? ਜੇ ਧਰਮਾ ਜੀ ਮੇਰੇ ਮਨ ਦੇ ਵਿੱਚ ਆਊ ਵੀ ਜੀ, ਫਿਰ ਐਂ ਦੱਸੋ ਵੀ ਸਾਡੇ ਜਿਹੜੇ ਅਸੀਂ ਜਿਹੜੀ ਜ਼ਿੰਦਗੀ ਵਿੱਚ ਦੀ ਮੈਂ ਲੰਘਿਆ ਜੀ, ਜਿਹੜੀ ਗਰੀਬੀ ਹੁਣ ਤੱਕ ਹੰਢਾ ਲਈ ਜੀ, ਜਾਂ ਸਾਡੇ ਕਰੋੜਾਂ ਲੋਕ ਨੇ ਜਿਹੜੇ ਗਰੀਬੀ ਹੰਢਾ ਰਹੇ ਨੇ, ਕਰੋੜਾਂ ਲੋਕ ਨੇ, ਫਿਰ ਉਹਨਾਂ ਦੀ ਗੱਲ ਕੌਣ ਕਰੂ? ਕੌਣ ਕਰੂਗਾ ਜੇ ਮੈਨੂੰ ਕੁਦਰਤ ਨੇ ਇਹ ਕਲਾ ਬਖਸ਼ੀ ਹੈ ਜਾਂ ਮੈਨੂੰ ਗਾਉਣ ਦੀ ਕਲਾ ਬਖਸ਼ੀ, ਮੈਨੂੰ ਉਹਨਾਂ ਨੇ ਇੰਨਾ ਕੁਛ ਦਿੱਤਾ। ਜੇ ਮੈਂ ਭਗਤ ਸਿੰਘ ਹੋਰਾਂ ਦੀ ਗੱਲ ਕਰਦਾ, ਮੈਂ ਭਗਤ ਸਿੰਘ ਹੋਰਾਂ ਨੂੰ ਜਿਹੜੀ ਪ੍ਰੇਰਨਾ ਸਰੋਤ ਮੰਨਦਾ ਜੀ, ਕਿਉਂ ਭਗਤ ਸਿੰਘ ਹੋਰਾਂ ਨੇ ਸਾਡੇ ਵਾਸਤੇ ਸਾਡੇ ਦੇਸ਼ ਵਾਸਤੇ ਜੀ ਸਾਰਾ ਕੁਛ ਵਾਰਤਾ, ਸਾਰੀਆਂ ਖੁਸ਼ੀਆਂ ਵਾਰਤੀਆਂ ਜੀ, ਸਾਨੂੰ ਜਾਣੀ ਸਾਰਿਆਂ ਨੂੰ ਮੰਨਣਾ ਚਾਹੀਦਾ ਜੀ, ਅਤੇ ਇਸ ਕਰਕੇ ਮੈਂ ਉਹਨਾਂ ਨੂੰ ਜ਼ਿਆਦਾ ਪਿਆਰ ਕਰਦਾ, ਉਹਨਾਂ ਦੇ ਗੀਤ ਗਾਉਂਦਾ, ਮੈਨੂੰ ਗਾਉਣੇ ਵੀ ਚਾਹੀਦੇ ਨੇ, ਕਿਉਂ ਮੈਂ ਵੀ ਉਸ ਸਮਾਜ ਦੇ ਵਿੱਚ ਹਾਂ, ਉਸ ਸਮਾਜ ਦੇ ਵਿੱਚ ਹਾਂ, ਉਸੇ ਸਮਾਜ। ਤੁਹਾਡੇ ਨਾਮ ਦੇ ਨਾਲ ਭੋਲਾ ਸਿੰਘ ਸੰਗਰਾਮੀ ਹੈ ਜਿਹੜਾ, ਇਹ ਕਿਵੇਂ ਲੱਗਿਆ ਜੀ? ਮੇਰੇ ਨਾਮ ਦੇ ਨਾਲ ਭੋਲਾ ਸਿੰਘ ਸੰਗਰਾਮੀ ਜਿਹੜਾ ਲੱਗਿਆ, ਉਹ 2016 ਦੇ ਵਿੱਚ ਸੁਨਾਮ ਸਰਦਾਰ ਊਧਮ ਸਿੰਘ ਜੀ ਦਾ ਜਿਹੜਾ ਜੱਦੀ ਘਰ ਹੈ ਜੀ ਜੀ, ਉਹਦੇ ਵਿੱਚ ਇੱਕ ਸਾਹਿਤਕ ਸਮਾਗਮ ਹੋਇਆ ਸੀਗਾ ਜੀ, ਸਹਿਤ ਸਭਾ ਦੀ ਮੀਟਿੰਗ ਕਹਿ ਲਓ ਉਹ ਹੋਈ ਸੀਗੀ ਜੀ। ਉੱਥੇ ਮੈਨੂੰ ਕਈ ਤਰ੍ਹਾਂ ਦੇ ਨਾਵਾਂ ਨਾਲ ਜਾਣੀ ਸੁਝਾਅ ਆਏ। ਹਾਂਜੀ ਹਾਂਜੀ, ਵੀ ਜੇ ਕੋਈ ਕਹਿੰਦਾ ਤੈਨੂੰ ਭੋਲਾ ਜਾਦੂ ਰੱਖ ਲੈਣਾ, ਮੈਂ ਜਾਦੂ ਵੀ ਕਰ ਲੈਂਦਾ ਜੀ, ਕੋਈ ਕਹਿੰਦੇ ਵੀ ਵਿਚਾਰ ਅੱਡੋ ਅੱਡ ਆਏ। ਫਿਰ ਇਹ ਜਿਹੜਾ ਮੇਰਾ ਨਾਮ ਰੱਖਿਆ ਸਰਦਾਰ ਮਿਲਖਾ ਸਿੰਘ ਸਨੇਹੀ, ਉਹ ਵੀ ਲੇਖਕ ਨੇ ਜੀ, ਉਹਨਾਂ ਦਾ ਸੁਝਾਅ ਸੀ, ਸੁਝਾਅ ਸੀ ਵੀ ਤੁਸੀਂ ਇਹਨਾਂ ਦਾ ਨਾਮ ਜਿਹੜਾ ਭੋਲਾ ਮਾਡਲ ਟਾਊਨ ਤੋਂ ਬਦਲ ਕੇ ਜੀ ਭੋਲਾ ਸਿੰਘ ਸੰਗਰਾਮੀ ਰੱਖ ਦਿਓ। ਸੰਗਰਾਮੀ ਰੱਖ ਦਿਓ ਜੀ, ਹਾਂ ਜੀ ਬਿਲਕੁਲ ਜੀ। ਸੰਗਰਾਮੀ ਰੱਖਣ ਦੇ ਮੇਰੇ ਕਈ ਕਾਰਨ ਬਣੇ ਜੀ, ਜਦੋਂ ਉਹਨਾਂ ਨੇ ਗੱਲਾਂ ਬਾਤਾਂ ਕਰੀਆਂ ਸਾਹਿਤ। ਹਾਂਜੀ ਹਾਂਜੀ ਹਾਂਜੀ, ਉਹਦੇ ਵਿੱਚ ਕਿਉਂ ਬਚਪਨ ਤੋਂ ਮੌਜੂਦਾ ਸੰਗਰਾਮ ਕਰਦਾ ਜ਼ਿੰਦਗੀ ਨਾਲ, ਸ਼ੁਰੂ ਤੋਂ ਹੀ ਤੁਸੀਂ ਸੰਗਰਾਮੀ ਹੀ ਰਹੇ ਹੋ, ਸੰਗਰਾਮ 'ਚ ਹੀ ਰਹੇ। ਉਸ ਤੋਂ ਬਾਅਦ ਕੀ ਹੈ, ਜਦੋਂ ਜਥੇਬੰਦੀਆਂ 'ਚ ਵੜ ਗਏ ਉਹ ਵੀ ਸੰਗਰਾਮ ਹੈ, ਅੱਜ ਵੀ ਕਰ ਰਹੀਆਂ ਨੇ ਜਥੇਬੰਦੀਆਂ, ਅੱਜ ਵੀ ਬਹੁਤ ਜਿਹੜੇ ਵੱਡੇ ਵੱਡੇ ਸੰਘਰਸ਼ ਲੜ ਰਹੀਆਂ ਨੇ, ਬਿਲਕੁਲ ਅੱਜ ਵੀ ਉਹਨਾਂ ਦਾ ਮੈਂ ਹਮਾਇਤੀ ਹਾਂ ਅਤੇ ਨਾਲ ਹੈ ਜੀ, ਅੱਜ ਵੀ ਸੰਗਰਾਮ ਹੈ। ਇਸ ਉਸ ਸਾਹਿਤ ਸਭਾ ਦੇ ਵਿੱਚੋਂ ਤੁਹਾਨੂੰ ਜਿਹੜਾ ਨਾਮ ਹੈ ਭੋਲਾ ਸਿੰਘ ਮਾਡਲ ਟਾਊਨ ਤੋਂ ਭੋਲਾ ਸਿੰਘ ਸੰਗਰਾਮੀ ਦਾ ਨਾਂ ਜਿਹੜਾ ਉੱਥੋਂ ਦਿੱਤਾ? ਹਾਂ, 2016 ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜਾ ਸੰਗਰਾਮ ਕਰ ਰਹੇ ਹਾਂ। ਹਾਂ, 2016 ਜਨਵਰੀ ਦੇ ਵਿੱਚ ਇਹ ਰੱਖਿਆ ਜੀ। ਦੂਜੇ ਗੱਲ ਇਹਦੇ ਵਿੱਚ ਕਾਫੀ ਸੱਸੇ ਆਉਂਦੇ ਨੇ ਹੈਗੇ, ਮੇਰਾ ਪਿੰਡ ਸ਼ੇਰੋਂ, ਸੁਨਾਮ ਜੀ,
ਠੀਕ ਹੈ ਨੀ, ਸੰਗਰਾਮ ਕਾਫੀ ਸੱਸੇ ਵੀ ਨਾਲ ਜੁੜਦੇ ਨੇ, ਸਤਿਗੁਰ ਵੀ ਜੁੜਦਾ ਇਹਦੇ ਨਾਲ, ਹੈ ਨਾ, ਤੇ ਇਹਦੇ ਨਾਲ ਪੰਜ ਚਾਰ ਮਤਲਬ ਅੱਖਰ ਉਹਦੇ ਨਾਲ ਮੈਂ ਮਿਲਦੇ ਨੇ ਸਾਨੂੰ, ਮੈਨੂੰ ਵੀ ਇਹ ਗੱਲ ਪਸੰਦ ਆਈ ਵੀ ਯਾਰ ਸੱਸਾ ਸੰਘਰਸ਼ ਸੱਸਾ ਸੰਗਰਾਮ, ਇਹ ਜਾਣੀ ਸਾਨੂੰ ਜ਼ਿੰਦਗੀ ਨਾਲ ਜੂਝ ਤੇ ਮਤਲਬ ਮੈਚ ਕਰਦੀ ਗੱਲ ਹੈ, ਮੈਚ ਕਰਦੀ ਗੱਲ ਜੀ। ਤੇ ਤੁਹਾਡਾ ਜਿਹੜਾ ਹੁਣ ਤੱਕ ਤੁਸੀਂ ਕਿੰਨਾ ਸਾਹਿਤ ਗਾਇਆ, ਸ਼ਹੀਦਾਂ ਦੀਆਂ ਗੱਲਾਂ, ਗੁਰੂਆਂ ਦੀਆਂ ਗੱਲਾਂ, ਤੁਹਾਡੇ ਹੁਣ ਤੱਕ ਦਾ ਸਭ ਤੋਂ ਵੱਧ ਨੇੜੇ ਦਾ ਜਿਹੜਾ ਕੋਈ ਗੀਤ ਹੈ, ਕੋਈ ਵੀ ਗੀਤ ਹੈ ਜਿਹੜਾ ਜਿਹਨੂੰ ਤੁਸੀਂ ਸਭ ਤੋਂ ਵੱਧ ਵਾਰੀ ਗਾਇਆ ਹੋਵੇ, ਤੁਹਾਡੇ ਦਿਲ ਦੇ ਕਰੀਬ ਹੋਵੇ, ਉਹ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਦੋ ਅੰਤਰੀ ਨੇ ਸਥਾਈ ਅੰਤਰਾ ਜ਼ਰੂਰ ਸਾਂਝਾ ਕਰੋ ਜੀ। ਵੈਸੇ ਤਾਂ ਧਰਮਾਂ ਜੀ ਗੀਤਾਂ ਕਲਾਕਾਰ ਨੂੰ ਜਾਂ ਲੇਖਕ ਨੂੰ ਸਾਰੇ ਆਪਦੇ ਚੰਗੇ ਲੱਗਦੇ ਹੁੰਦੇ ਨੇ, ਵੈਸੇ ਜਿੱਥੇ ਲੋਕ ਜਿਹੜੇ ਨੂੰ ਜ਼ਿਆਦਾ ਪਿਆਰ ਦੇਣ ਉਹ ਅਸਲ ਗੀਤਾਂ ਲੋਕਾਂ ਵਾਸਤੇ ਹੁੰਦੇ ਨੇ, ਲੋਕਾਂ ਵਾਸਤੇ ਹੁੰਦੇ ਨੇ, ਉਹਨਾਂ ਦੀ ਗੱਲ ਕਰਦੇ ਗੀਤ ਨੇ ਜੀ। ਤੇ ਮੈਂ ਇੱਕ ਦੁਪਹਿਰੇ ਤੁਹਾਨੂੰ ਸਰਦਾਰ ਭਗਤ ਸਿੰਘ ਵਾਲੇ ਕਵਿਤਾਵਾਂ ਜਿਹੜੀ ਮੈਂ ਬਹੁਤ ਪਿਆਰ ਕੀਤਾ ਉਹਨਾਂ ਲੋਕਾਂ ਨੇ, ਉਹਦੇ ਵਿੱਚ ਮੈਂ ਕਰ ਦਿੰਦਾ, ਉਹ ਦੁਸ਼ਮਣ ਸਾਡੇ ਅੰਦਰੋਂ ਰਾਜੀ, ਖੁਦਕੁਸ਼ੀਆਂ ਤੁਸੀਂ ਕਾਹਤੋਂ ਕਰਦੇ, ਇਕੱਠੇ ਹੋ ਕੇ ਕਰੋ ਵਿਚਾਰਾਂ, ਹੱਕਾਂ ਪਿੱਛੇ ਕਿਉਂ ਨਹੀਂ ਲੜਦੇ, ਇਨਕਲਾਬ ਦੀ ਕਰੋ ਤਿਆਰੀ, ਗੁੱਝੇ ਭੇਦ ਖੋਲਦਾ ਹਾਂ, ਅੰਨਦਾਤੇ ਓ ਭਗਤ ਸਿੰਘ ਬੋਲਦਾ ਹਾਂ, ਸੁਨੇਹੀ ਬੋਲੇ ਤੁਸੀਂ ਨਾ ਸੁਣਦੇ, ਲੱਗਦਾ ਜਾਗਦੇ ਹੀ ਪਏ ਸੁੱਤੇ, ਓਏ ਸੁੱਤਿਆਂ ਤਾਂ ਸਦੀਆਂ ਹੋ ਚੱਲੀਆਂ, ਸੰਗਰਾਮੀ ਬਣ ਕਿਉਂ ਨਾ ਉੱਠੇ, ਕੁਰਬਾਨੀਆਂ ਦੀ ਲੋੜ ਸਮੇਂ ਨੂੰ ਸੱਚ ਦੀ ਤੱਕੜੀ ਤੋਲਦਾ ਹਾਂ, ਕਿਰਤੀਓ ਭਗਤ ਸਿੰਘ ਬੋਲਦਾ ਹਾਂ, ਉੱਠੋ ਜਾਗੋ। ਫਿਰ ਐਂਡ 'ਚ ਕਲਮਾਂ ਵਾਲਿਆਂ ਨੂੰ, ਕਲਮਾਂ ਵਾਲਿਓ ਆਪਣੀਆਂ ਕਲਮਾਂ ਦਾ ਮੂੰਹ ਕਿਰਤੀਆਂ ਦੇ ਵਿਹੜੇ ਵੱਲ ਮੋੜੋ, ਕਿਸਾਨਾਂ ਦੇ ਖੇਤਾਂ ਵੱਲ ਮੋੜੋ, ਕਿਉਂਕਿ ਹੁਣ ਜੱਗ ਜਨਣੀਆਂ ਦੇ ਲੱਕ ਮਿਣ ਦਾ ਸਮਾਂ ਨਹੀਂ, ਨਾ ਹੀ ਗਿੱਧੇ ਵਿੱਚ ਨੱਚਦੀ ਦੀ ਬਾਂਹ ਫੜਨ ਦਾ ਸਮਾਂ, ਕਿਉਂਕਿ ਅੱਤ ਦੀ ਮਹਿੰਗਾਈ, ਬੇਰੁਜ਼ਗਾਰੀ, ਨਿੱਤ ਦੀਆਂ ਖੁਦਕੁਸ਼ੀਆਂ, ਉੱਤੋਂ ਸਰਕਾਰਾਂ ਚੁੱਪ, ਇਸ ਕਰਕੇ ਤੁਹਾਨੂੰ ਕਹਿਣਾ ਵੀ ਇਕੱਠੇ ਹੋਵੋ, ਏਕਾ ਕਰੋ, ਮੈਂ ਭਗਤ ਸਿੰਘ ਬੋਲਦਾ ਹਾਂ, ਮੈਂ ਭਗਤ ਸਿੰਘ ਬੋਲਦਾ ਹਾਂ, ਮੈਂ ਭਗਤ ਸਿੰਘ ਬੋਲਦਾ ਹਾਂ। ਇਹ ਸਭ ਤੋਂ ਪਿਆਰੀ ਮੈਨੂੰ ਕਵਿਤਾ ਆਪ ਨੂੰ ਵੀ ਲੱਗਦੀ ਹੈ ਅਤੇ ਲੋਕਾਂ ਨੂੰ ਇਹ ਸੁਨੇਹਾ ਵੀ ਦਿੰਦੀ ਹੈ ਅਤੇ ਹਰ ਇੱਕ ਜਗ੍ਹਾ 'ਤੇ ਤੁਸੀਂ ਗਾਉਂਦੇ ਵੀ ਹੋ। ਹਾਂ, ਬਹੁਤ ਸਾਰੇ ਸਮੇਂ, ਹਾਂ ਬਹੁਤ ਗਵਾਉਂਦੇ ਕਹਿ ਕੇ ਜਾਣੀ ਸਿਫਾਰਸ਼ ਦੇ ਤੌਰ 'ਤੇ ਵੀ ਇਹ ਬੋਲ ਦੁਬਾਰੇ ਕਵਿਤਾ। ਬਿਲਕੁਲ ਜੀ, ਸਾਡੇ ਸਿੱਖੀ ਇਤਿਹਾਸ ਦੇ ਨਾਲ ਲੱਗਦੀ, ਸਿੱਖੀ ਇਤਿਹਾਸ ਦੇ ਨਾਲ ਜਿੱਥੇ ਸਾਡੇ ਗੁਰੂਆਂ ਦੇ ਬੰਦ ਬੰਦ ਕਟਵਾਏ, ਚਰਖੜੀਆਂ 'ਤੇ ਚੜ੍ਹੇ ਅਤੇ ਦੇਗਾਂ 'ਚ ਉਬਾਲੇ ਗਏ, ਦੂਜੀ ਗੱਲ ਛੋਟੀਆਂ ਉਮਰਾਂ ਦੇ ਬੱਚੇ ਸਾਡੇ ਗੁਰੂਆਂ ਦੇ ਨਿਉਆਂ ਦੇ ਵਿੱਚ ਚਿਣਾਏ ਗਏ, ਜੇ ਅੱਜ ਉਹਨਾਂ ਦੇ ਉਸ ਗੱਲ ਵੱਲ ਅਸੀਂ ਝਾਤੀ ਮਾਰੀਏ ਵੀ ਮੈਂ ਇਹਨਾਂ ਗੱਲਾਂ ਨੂੰ ਵੀ ਯਾਦ ਕਿਉਂ ਪਿਆਰ ਕਰਦਾ, ਜਿਹੜੇ ਅੱਜ ਵੱਡੇ ਵੱਡੇ ਨਿਸ਼ਾਨ ਸਾਹਿਬ ਝੂਲਦੇ ਨੇ, ਜਿਹਨਾਂ ਨੂੰ ਅਸੀਂ ਲੋਕ ਅਸੀਂ ਮੱਥਾ ਟੇਕਦੇ ਹਾਂ ਜਾ ਕੇ ਸਵੇਰੇ ਮੂੰਹ ਕਰਕੇ ਦੇਖਦੇ ਹਾਂ ਨਿਸ਼ਾਨ ਸਾਹਿਬ ਵੱਲ, ਤਾਂ ਸਾਡਾ ਸਾਰਿਆਂ ਦਾ ਸਿਰ ਝੁਕਦਾ, ਜਿਹੜੇ ਬੰਦੇ ਸਮਝਦਾਰ ਨੇ ਵੀ ਇਹ ਜਿਹੜੇ ਨਿਸ਼ਾਨ ਸਾਹਿਬ ਨੇ ਇਹ ਐਵੇਂ ਨਹੀਂ ਝੂਲਦੇ ਹੈਗੇ, ਉਹਦੇ ਵਿੱਚ ਖੂਨ ਪਾਇਆ ਗਿਆ ਗਾ। ਉਹ ਮੈਂ ਤੁਹਾਡੇ ਨਾਲ ਇੱਕ ਦੋ ਲੈਣਾ ਤੁਹਾਡੇ ਸਾਂਝਾ ਕਰਨਾ ਜੀ। ਜ਼ਰੂਰ ਜੀ, ਜ਼ਰੂਰ। ਬਲਦੀ ਸਮਾਂ 'ਚ ਸਾਦਾ ਬਲਦੀ ਸਮਾਂ 'ਤੇ ਸਾਦਾ ਸੜਦੇ ਪਤੰਗੇ ਨੇ, ਸਿੱਖੀ ਵਾਲੇ ਬੂਟੇ ਆਸੀ ਖੂਨ ਨਾਲ ਸਿੰਜੇ ਨੇ, ਸਿੱਖੀ ਵਾਲੇ ਬੂਟੇ ਆਸੀ ਖੂਨ ਨਾਲ ਸਿੰਜੇ ਨੇ, ਤੱਤੀਆਂ ਲੋਆ ਨੇ
ਅਜਮਾ ਕੇ ਸਾਨੂੰ ਵੇਖਿਆ ਚੌਂਕ ਚਾਂਦਣੀ ਚ ਟਣ ਕਾ ਕੇ ਸਾਨੂੰ ਵੇਖਿਆ ਆਰੇ ਆਂਦੇ ਤਿੱਖੇ ਦੰਦੇ ਸਾਨੂੰ ਨਾ ਹਰਾ ਸਕੇ ਦੇਗਾਂ ਚ ਅਵਾਲੇ ਪਾਣੀ ਉਹ ਵੀ ਨਾ ਡਰਾ ਸਕੇ ਰੂਹ ਵਾਂਗ ਚਰਖੜੀਆਂ ਨੇ ਰੂਹ ਵਾਂਗ ਚਰਖੜੀਆਂ ਨੇ ਰੋਮ ਰੋਮ ਪਿੰਜੇ ਨੇ ਸਿੱਖੀ ਵਾਲੇ ਬੂਟੇ ਆਸੀ ਖੂਨ ਨਾਲ ਸਿੰਜੇ ਨੇ ਸਿੱਖੀ ਵਾਲੇ ਬੂਟੇ ਆਸੀ ਖੂਨ ਨਾਲ ਸਿੰਜੇ ਨੇ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਸਾਹਿਤ ਨਾਲ ਸਾਡੇ ਇਤਿਹਾਸ ਨਾਲ ਗੁਰੂ ਇਤਿਹਾਸ ਨਾਲ ਜੁੜ ਰਹੇ ਹੋ ਕਿਉਂਕਿ ਇਹ ਸਾਡੀ ਸਭ ਦੀ ਹੀ ਇਹ ਇੱਕ ਜ਼ਿੰਮੇਵਾਰੀ ਬਣਦੀ ਹੈ ਔਰ ਤੁਹਾਡਾ ਜਿਹੜਾ ਮਤਲਬ ਕਿ ਅੱਜ ਕੱਲ੍ਹ ਰੁਜ਼ਗਾਰ ਦਾ ਸਾਧਨ ਕੀ ਚੱਲ ਰਿਹਾ ਧਰਮਾ ਜੀ ਰੁਜ਼ਗਾਰ ਤਾਂ ਮੇਰਾ ਜੇ ਐਂ ਕਹਿ ਲਈਏ ਵੀ ਕੋਸ਼ਿਸ਼ ਬਾਹਲਾ ਵੱਡਾ ਨਹੀਂ ਹੈਗਾ ਜੀ ਕਿਉਂ ਮੈਂ 6-7 ਸਾਲ ਤੋਂ ਬਿਮਾਰ ਹਾਂ ਜੀ ਮਾਂ ਬਿਮਾਰ ਆ ਘਰੇ ਹਾਂਜੀ 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 ਮੈਨੂੰ ਨਮੂਨੀਆ ਹੋ ਗਿਆ ਅਤੇ ਲਗਭਗ ਸਾਲ ਮੈਂ ਮੰਜੇ 'ਚ ਰਿਹਾ ਹਾਂਜੀ ਹਾਂਜੀ ਅਤੇ ਰੁਜ਼ਗਾਰ ਮੇਰੇ ਕੋਲ ਇੱਕ ਛੋਟੇ ਮਤਲਬ ਬੱਤੀਏ ਦੀ ਗੱਡੀ ਆ 40-50 ਹਜ਼ਾਰ ਦੀ ਹਾਂਜੀ ਹਾਂਜੀ ਉਹ ਵੀ ਦੁਨੀਆਂ ਨੇ ਲੈ ਕੇ ਦਿੱਤੀ ਹੋਈ ਹੈ ਜੀ ਅਤੇ ਕੁਛ ਦੋਸਤਾਂ ਨੇ ਉਹ 'ਚ ਪੈਸੇ ਪੂਸੇ ਲਾਏ ਨੇ 2-2 ਰੁਪਏ ਇਕੱਠੇ ਕਰਕੇ ਜੀ ਜੀ ਜਾਂ ਇੱਕ ਸਰਕਾਰੀ ਦੁਕਾਨ ਦਿੱਤੀ ਹੋਈ ਹੈ 6-7 ਮਹੀਨੇ ਬਾਅਦ ਕਣਕ ਕਣਕ ਆ ਜਾਂਦੀ ਹੈ ਮਾੜੀ ਮੋਟੀ ਦੋਸਤਾਂ ਮਿੱਤਰਾਂ ਤੋਂ 2-2 ਸਿਰ ਰੱਖ ਲੈਂਦੇ ਕਹਿ ਕੇ ਉਹਨਾਂ ਤੋਂ ਚਲੋ ਆਪਣਾ 6 ਮਹੀਨਿਆਂ ਦਾ ਬਾਕੀ ਲਾਣੇਦਾਰਨੀ ਦਿਹਾੜੀ ਥੋੜ੍ਹੀ ਵਗ ਜਾਂਦੀ ਆ ਜੀ ਇਹ ਕਰੀ ਜਾਂਦੇ ਕੰਮ ਕੁਛ ਮਿੱਥੋਂ ਜਾਣੀ ਕੋਈ ਜ਼ੋਰ ਦਾ ਕੰਮ ਤਾਂ ਹੁੰਦਾ ਨਹੀਂ ਜੀ ਮਤਲਬ ਦੇਖੋ ਤੁਸੀਂ ਇੱਕ ਗਰੀਬੀ ਦੇ ਵਿੱਚ ਰਹਿੰਦੇ ਹੋਏ ਵੀ ਆਰਥਿਕ ਹਾਲਤ ਵੀ ਤੁਹਾਡੀ ਚੰਗੀ ਨਹੀਂ ਪਰ ਫਿਰ ਵੀ ਤੁਸੀਂ ਤੁਹਾਡੀ ਮਿੱਟੀ ਤੁਹਾਡੇ ਵਿਰਸੇ ਨਾਲ ਸਾਡੇ ਸ਼ਹੀਦਾਂ ਦੀ ਸੋਚ ਦੇ ਨਾਲ ਰਲਦਾ ਮਿਲਦਾ ਜਿਹੜਾ ਕੰਮ ਹੈ ਤੁਸੀਂ ਉਹ ਕਰ ਰਹੇ ਹੋ ਉਹਨਾਂ ਨੂੰ ਸੰਭਾਲ ਰਹੇ ਹੋ ਸਾਡੇ ਪੰਜਾਬੀ ਵਿਰਸੇ ਦੀ ਵਧੀਆ ਤਰੀਕੇ ਨਾਲ ਸੰਭਾਲ ਜਿਹੜੀ ਤੁਸੀਂ ਕਰ ਰਹੇ ਹੋ ਕਿ ਤੁਸੀਂ ਜਾਂਦੇ ਜਾਂਦੇ ਸਾਡੇ ਅੱਜ ਕੱਲ੍ਹ ਦੇ ਗੀਤਕਾਰਾਂ ਨੂੰ ਅਤੇ ਗਾਉਣ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅੱਜ ਕੱਲ੍ਹ ਦੇ ਜਿਹੜੇ ਗੀਤਕਾਰ ਨੇ ਧਰਮਾ ਜੀ ਜੀ ਗੀਤਕਾਰ ਮੈਂ ਖਾਸ ਕਰਕੇ ਨਾ ਗੀਤਕਾਰਾਂ ਨੂੰ ਕਹੂੰ ਜੀ ਵੀ ਉਹ ਸੁਧਰਨ ਉਹ ਸੁਧਰਨ ਉਹ ਪੈਸੇ ਦੀ ਹੋੜ ਦੇ ਵਿੱਚ ਸਾਡੀ ਜਵਾਨੀ ਨੂੰ ਬਰਬਾਦ ਨਾ ਕਰਨ ਬਰਬਾਦ ਨਾ ਕਰਨ ਠੀਕ ਹੈ ਨਹੀਂ ਦੂਜੀ ਗੱਲ ਜਿਹੜੇ ਨਵੇਂ ਕਲਾਕਾਰ ਨੇ ਨੌਜਵਾਨ ਮੁੰਡੇ ਹਾਂਜੀ ਉਹ ਰਾਤੋਂ ਰਾਤ ਸਟਾਰ ਬਣਨ ਨੂੰ ਜਿਹੜੇ ਕਦੇ ਰਫਲਾਂ ਦੀ ਗੱਲ ਕਰਦੇ ਨੇ ਕਦੇ ਬੰਦੂਕਾਂ ਦੀ ਗੱਲ ਕਰਦੇ ਨੇ ਕਦੇ ਰਿਵਾਲਵਲਾਂ ਦੀ ਗੱਲ ਕਰਦੇ ਨੇ ਆ ਪਤਾ ਨਹੀਂ ਕਿਹੜੀ ਕੁੜੀ ਨੇ ਪਟਾਕੇ ਪਾਉਣ ਖਾਣੀ ਮੋਟਰਸਾਈਕਲ ਪਟਾਕੇ ਪਾਉਣ ਲਈ ਰੱਖਿਆ ਹੋਇਆ ਗਾ ਅਤੇ ਹੋਰ ਕਈ ਥਾਵੇਂ ਜਿਹੜੇ ਗੀਤ ਚੱਲਦੇ ਨੇ ਹੋਇਆ ਕਿ ਜੇ ਨੱਚਦੀ ਦੀ ਬਾਂਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਜਾਂ ਲੱਕ 28 ਕੁੜੀ ਦਾ ਕੁੜੀਆਂ ਦੇ ਲੱਕ ਮਿਣੀ ਜਾਂਦੇ ਨੇ ਅਤੇ ਦੂਜੀ ਗੱਲ ਇਹ ਹੈ ਵੀ ਇਹਨਾਂ ਨੂੰ ਸਾਰਿਆਂ ਨੂੰ ਜਾਣੀ ਸਮਝ ਲੈਣਾ ਚਾਹੀਦਾ ਵੀ ਸਾਡੀ ਜਿਹੜੀ ਆਉਣ ਵਾਲੀ ਨੌ ਜਨਰੇਸ਼ਨ ਹੈ ਨੌਜਵਾਨ ਪੀੜ੍ਹੀ ਹੈ ਜਾਂ ਕਿੱਧਰ ਨੂੰ ਰਹੀ ਹੈ ਤੁਹਾਡੇ ਜ਼ਰੀਏ ਜਾ ਰਹੀ ਹੈ ਦੂਜੀ ਗੱਲ ਜਿਹੜੇ ਸਾਡੇ ਲੋਕ ਨੇ ਇਹਨੂੰ ਸੁਣਨ ਵਾਲੇ ਸਾਨੂੰ ਵੀ ਹੱਟ ਕਰਨਾ ਚਾਹੀਦਾ ਉਹਨਾਂ ਦੀ ਦੇਖਦੇ ਆ ਕੋਈ ਦੂਸਰਾ ਗੀਤ ਆਉਂਦਾ ਤਾਂ ਰਾਤੋਂ ਰਾਤ ਉਹਨੂੰ ਚੱਕ ਲੈਂਦੇ ਤੇ ਕੋਈ ਵਧੀਆ ਸਾਹਿਤਕ ਚੀਜ਼ਾਂ ਜਿਹੜੀਆਂ ਸਾਡੇ ਬੱਚਿਆਂ ਨੂੰ ਸਿੱਖਣ ਨੂੰ ਮਿਲਣ ਸਾਡੇ ਬੱਚਿਆਂ ਨੂੰ ਸਾਡੇ ਗੁਰੂ ਇਤਿਹਾਸ ਦਾ ਪਤਾ ਲੱਗੇ ਉਹਨਾਂ ਨੂੰ ਪ੍ਰੇਰਨਾ ਦੇਣ ਵਾਲੀਆਂ ਗੱਲਾਂ ਬਹੁਤ ਕਲਾਕਾਰ ਨੇ ਇੱਦਾਂ ਦੇ ਨਹੀਂ ਤੁਹਾਡੇ ਵਰਗੇ ਹੋਰ ਬਹੁਤ ਨੇ ਜਿਹੜੇ ਵਧੀਆ ਚੀਜ਼ਾਂ ਗਾਉਂਦੇ ਨੇ ਪਰ ਉਹਨਾਂ ਨੂੰ ਸਪੋਰਟ ਹੈ ਜਿਹੜੀ ਉਹ ਬਹੁਤ ਘੱਟ ਮਿਲਦੀ ਹੈ ਧਰਮਾ ਜੀ ਮੈਂ ਦੁਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਿਆ ਵੀ ਉਹੋ ਜਿਹੇ ਕਲਾ ਉਹੋ ਜਿਹੇ ਗੀਤਾਂ ਨੂੰ ਇਹ ਰਾਤੋਂ ਰਾਤ ਮਤਲਬ ਐਂ ਲੱਖਾਂ 'ਤੇ ਪਹੁੰਚਾ ਦਿੰਦੇ ਨੇ ਵਿਊ ਹੁੰਦੇ ਨੇ ਜਿਹੜੇ ਬਿਲਕੁਲ ਮੈਂ ਜਿੰਨੇ ਗੀਤ ਗਾਏ ਨੇ ਮੇਰੇ 15-16 ਗੀਤ ਜਾਣੀ ਆਪਣੇ ਯੂਟਿਊਬ ਚੈਨਲ 'ਤੇ ਅਤੇ ਫੇਸਬੁੱਕ 'ਤੇ ਚੱਲ ਰਹੇ ਨੇ ਜੀ ਜਿੰਨੇ ਮੈਂ ਭਗਤ ਸਿੰਘ ਹੋਰਾਂ ਨੂੰ ਤਾਂ ਪਿਆਰ ਚਾਹੇ ਮਿਲਿਆ ਦੂਜੇ ਗੀਤਾਂ ਨਾਲੋਂ ਵੱਧ ਭਗਤ ਸਿੰਘ ਹੋਰਾਂ ਦੀ ਜਿਹੜੀ ਕਵਿਤਾ ਬੋਲੀ ਹੈ ਪੜ੍ਹ ਕੇ ਗਿਆਨ ਮਿਲਦਾ ਗੀਤ ਬੋਲਿਆ ਪਿਆਰ ਦਿੱਤਾ ਪਰ ਮੈਂ ਜਿਹੜੇ ਭਗਤ ਸਿੰਘ ਹੋਰਾਂ ਨੂੰ ਸੱਚੀ ਮਿੱਚੀ ਮੰਨਦੇ ਨੇ
ਸਾਲ ਕੁ ਬਾਅਦ ਉਹਨਾਂ ਦਾ ਦਿਨ ਮਨਾਉਂਦੇ ਨੇ ਜਾਂ ਗੁਰੂਆਂ ਨੂੰ ਸੱਚੀ ਮੱਚੀ ਮੰਨਦੇ ਨੇ, ਤੜਕੇ ਗੁਰਦੁਆਰਿਆਂ ਦੇ ਵਿੱਚ ਮੱਥਾ ਟੇਕਦੇ ਨੇ, ਪਰ ਜਿੱਦੇ ਆਪਦੀ ਕੁੜੀ ਦਾ ਵਿਆਹ ਹੁੰਦਾ, ਆਪਦੇ ਮੁੰਡੇ ਦਾ, ਕੁੜੀ ਦੀ ਕਹਿ ਲੈਂਦੇ ਹਾਂ, ਬਰਾਤ ਆਈ ਉਹਦੇ ਵੀ ਡੀਜੇ ਲੱਗੇ ਹੁੰਦੇ ਨੇਗੇ, ਡੀਜਿਆਂ 'ਤੇ ਉਹੀ ਗੰਦੇ ਗੀਤ, ਉਹੀ ਸ਼ਰਾਬ, ਉਹੀ ਮੀਟ ਚੱਲਦਾ। ਅਸੀਂ ਫਿਰ ਕਾਹਦੇ ਵਾਰਸ ਹੋਏ? ਵੀ ਗੁਰੂਆਂ ਦੇ ਵਾਰਸ ਕਾਹਦੇ ਹੋਏ? ਜਪਕ ਸਿੰਘ ਹੋਰਾਂ ਦੇ ਕਾਹਦੇ ਵਾਰਸ ਹੋਏ? ਠੀਕ ਹੈ ਨਾ ਜੀ, ਉਹੀ ਉਹੀ ਲੱਕ ਸਾਡੇ ਕੁੜੀਆਂ ਦੇ ਲੱਕ ਮਨਾਉਣੇ ਨੇ, ਉੱਥੇ ਖੜ ਕੇ ਉਹ ਨਾਲੇ ਅਸੀਂ ਉਹਨਾਂ ਦੇ ਉੱਤੇ ਨੋਟ ਛਿੜਦੇ ਹਾਂ ਜਦੋਂ ਸਾਡੇ ਘਰ ਉਹ ਗੀਤ ਗਾਉਂਦੇ ਨੇ, ਨਾਲੇ ਨੋਟ ਛਿੜਦੇ ਹਾਂ। ਇਸ ਕਰਕੇ ਧਰਮਾ ਜੀ, ਸਾਨੂੰ ਜਿਹੜੀਆਂ ਸਰਕਾਰਾਂ ਨੇਗੀਆਂ, ਜਿਹੜੇ ਚੰਗੇ ਕਲਾਕਾਰ ਬੈਠੇ ਨੇ ਸਾਡੇ ਵਰਗੇ ਨਿਮਾਣੇ, ਲੋਕਾਂ ਦਾ ਸਹਿਯੋਗ ਬਹੁਤ ਹੈ, ਜਿਹੜਾ ਸਾਨੂੰ ਪਾਲਣ ਵਾਲੇ ਲੋਕ ਇਹਨੇ ਤਾਂ ਹੀ ਖੜਾ ਰੱਖਿਆ, ਜਿਹੜੇ ਲੋਕ ਵਧੀਆ ਸੁਣਨ ਵਾਲੇ ਬਹੁਤ ਨੇ, ਵਧੀਆ ਸੁਣਨ ਵਾਲੇ ਹੈਗੇ ਨੇ, ਪਰ ਹੈਗੇ ਚੰਗੇ ਉਹੀ ਵਧੀਆ ਨੇ, ਐਂ ਨਹੀਂ ਹੈਗਾ ਵੀ ਉਹ ਜੇ ਸਾਨੂੰ ਘੱਟ ਸੁਣਦੇ ਨੇ ਉਹ ਵਧੀਆ ਨਹੀਂ, ਉਹੀ ਲੋਕ ਚੰਗੇ ਨੇਗੇ ਜਿਹੜੇ ਮਤਲਬ ਸਰਕਾਰਾਂ ਨੇਗੀਆਂ। ਹੁਣ ਜੇ ਸਰਕਾਰ ਦੇ ਪੱਖ ਦੀ ਵੀ ਕੋਈ ਗੱਲ ਮੇਰੇ ਵਰਗਾ ਕਰਦਾ, ਸਰਕਾਰ ਸਾਡੇ ਵਰਗੇ ਨੂੰ ਮੂਹਰੇ ਲਿਆ ਕੇ ਰਾਜੀ ਨਹੀਂ, ਕੋਈ ਆਰਥਿਕ ਮਦਦ ਕਰਕੇ ਰਾਜੀ ਨਹੀਂ ਗੀ, ਵੈਸੇ ਤਾਂ ਕਿਸੇ ਦੀ ਵੀ ਨਹੀਂ ਕਰਦੀ ਸਰਕਾਰ ਮਦਦ ਬਹੁਤੀ ਤਾਂ, ਪਰ ਹੁਣ ਮੈਂ ਪੜ੍ਹ ਕੇ ਗਿਆਨ ਮਿਲਦਾ ਗੀਤ ਬੋਲ ਕੇ ਹਟਿਆ, ਭਗਤ ਸਿੰਘ ਦੀ ਕਵਿਤਾ ਬੋਲ ਕੇ ਹਟਿਆ, ਕੀ ਸੰਦੇਸ਼ ਨਹੀਂ ਦਿੰਦੀ ਸਰਕਾਰ ਨੂੰ, ਸਮਾਜ ਨੂੰ, ਸਮਾਜ ਨੂੰ ਸੇਧ ਦਿੰਦੀ ਆ, ਪੜ੍ਹ ਕੇ ਗਿਆਨ ਮਿਲਦਾ, ਇਕੱਲੇ ਇਕੱਲੇ ਨੂੰ ਪੜ੍ਹਨ ਦੀ ਗੱਲ ਕੀਤੀ ਆ, ਬਾਬਾ ਸਾਹਿਬ ਭੀਮਰਾਓ ਨੇ ਗੱਲ ਕੀਤੀ ਆ ਵੀ ਪੜ੍ਹਾਓ ਬੱਚਿਆਂ ਨੂੰ, ਕੀ ਸਰਕਾਰ ਨੂੰ ਨਹੀਂ ਮੇਰੀਆਂ ਖਬਰਾਂ ਦਾ ਪਤਾ ਲੱਗਿਆ? ਸਰਕਾਰ ਨੂੰ ਟੈਲੀਵਿਜ਼ਨ ਤਾਂ ਨਹੀਂ ਪਤਾ ਲੱਗਿਆ ਵੀ ਮੁੰਡੇ ਨੇ ਕਿੰਨਾ ਵਧੀਆ ਗੀਤ ਗਾਇਆ? ਮੈਨੂੰ ਤਾਂ ਕਿਸੇ ਨੇ ਨਹੀਂ ਕਿਹਾ, ਸਰਕਾਰੀ ਬੰਦੇ ਨੇ ਆ ਕੇ ਵੀ ਭਾਈ ਧੰਨਵਾਦ ਤੇਰੇ ਸਾਬਾਸੇ, ਸ਼ਹੀਦਾਂ ਦੀ ਗੱਲ ਕਰਤੀ ਤਾਂ, ਜਵਾਕਾਂ ਨੂੰ ਪੜ੍ਹਾਉਣ ਦੀ ਗੱਲ ਕਰਤੀ, ਮੇਰੇ ਨਾਲ ਤਾਂ ਕਿਸੇ ਸਰਕਾਰ ਨੇ ਸ਼ੇਅਰ ਨਹੀਂ ਕੀਤਾ ਆ ਕੇ, ਪਰ ਲੋਕਾਂ ਨੇ ਬਹੁਤ ਮਦਦ ਕੀਤੀ ਆ, ਲੋਕਾਂ ਨੇ ਸਤਿਕਾਰ ਕੀਤਾ ਚੰਗੇ, ਜਾਣੀ ਹਾਂ ਬੁੱਧੀਜੀਵੀ ਲੋਕ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਇਹਨਾਂ ਗੀਤਾਂ 'ਤੇ, ਜਾਣੀ ਦੋਨਾਂ ਗੀਤਾਂ 'ਤੇ ਜਿਹੜੇ ਹੁਣੇ ਹੁਣ ਭਗਤ ਸਿੰਘ ਬੋਲਦਾ ਪੜ੍ਹ ਕੇ ਗਿਆਨ ਮਿਲਦਾ, ਇਹ ਸਾਰੇ ਪੰਜਾਬ ਦੇ ਵਿੱਚੋਂ ਜਦੋਂ ਟੀ ਵੀ ਦੇ ਗੀਤ ਚੱਲਿਆ, ਇਹ ਘੱਟੋ ਘੱਟ ਵੀ ਮੇਰੇ ਕੋਲ 70-80 ਫੋਨ ਲੋਕਾਂ ਦੇ ਜਾਣੀ ਬਾਹਰਲੇ ਜ਼ਿਲ੍ਹਿਆਂ 'ਚੋਂ ਆਏ ਹੋਏ ਨੇਗੇ, ਜਿਹੜੇ ਨਿੱਜੀ ਤੌਰ 'ਤੇ ਨੇੜੇ ਜਾਣਦੇ ਨੇ, ਜਾਣੀ ਬਹੁਤ ਸਤਿਕਾਰ ਕੀਤਾ। ਅਤੇ ਮੈਂ ਧਰਮਾ ਜੀ ਇੱਕ ਦੁਬਾਰੇ ਫੇਰ ਗੱਲ ਕਹੂੰ ਵੀ ਜੇ ਤੁਸੀਂ ਭਗਤ ਸਿੰਘ ਨੂੰ ਮੰਨਦੇ ਹੋ, ਜੇ ਤੁਸੀਂ ਕਰਤਾਰ ਸਿੰਘ ਸਰਾਭੇ ਹੋਰਾਂ ਨੂੰ ਮੰਨਦੇ ਹੋ, ਜੇ ਤੁਸੀਂ ਗਦਰੀ ਬਾਬਿਆਂ ਨੂੰ ਮੰਨਦੇ ਹੋ, ਜੇ ਤੁਸੀਂ ਉਹਨਾਂ ਦੀ ਗੱਲ ਕਰਦੇ ਹੋ ਵੀ ਲੱਚਰ ਦਾ ਖਤਮ ਹੋਣੀ ਚਾਹੀਦੀ ਹੈਗੀ, ਸਟੇਜਾਂ 'ਤੇ ਖੜ ਕੇ ਵੱਡੇ ਵੱਡੇ ਭਾਸ਼ਣ ਦਿੰਦੇ ਹੋ, ਅਸੀਂ ਗੁਰੂਆਂ ਨੂੰ ਮੰਨਦੇ ਹਾਂ, ਮੱਥੇ ਟੇਕਦੇ ਹਾਂ ਤੜਕੇ ਜਾ ਕੇ, ਪਰ ਇੱਕ ਗੱਲ ਯਾਦ ਰੱਖੋ, ਜਿੱਦੇ ਮੁੰਡੇ ਨੂੰ ਵਿਆਹੁਣ ਜਾਂਦੇ ਹੋ ਉਹਦੇ ਡੀਜਿਆਂ 'ਤੇ ਗੰਦੇ ਗੀਤ ਨਾ ਲਾਓ, ਠੀਕ ਹੈ ਨਹੀਂ, ਜਾਂ ਜਿੱਦੇ ਤੁਸੀਂ ਜਾਂ ਆਪਦੇ ਭਗਤ ਸਿੰਘ ਨੂੰ ਮੰਨਦੇ ਹੋ ਉਹਦੇ ਆਪਦੇ ਮੁੰਡੇ ਨੂੰ ਵਿਆਹੁਣ ਜਾਂਦੇ ਹੋ ਤਾਂ ਡੀਜਿਆਂ 'ਤੇ ਗੰਦੇ ਗੀਤ ਨਾ ਲਾਓ, ਜਾਣੀ ਸਮਾਜ ਸੁਧਰੂ ਕਿਵੇਂ? ਹੁਣ ਮੈਂ ਭਗਤ ਸਿੰਘ ਦਾ ਵਾਰਸ ਹੈ, ਜਿੱਦਾਂ ਮੈਂ ਆਪਣੀ ਕੁੜੀ ਵਿਆਹੁਣੀ ਆ ਉਹਦੇ ਭਾਈ ਮੀਟ ਵੀ ਚੱਲੇ, ਸ਼ਰਾਬ ਵੀ ਚੱਲੇ, ਲੱਖ 28 ਕੁੜੀ ਦਾ ਵੀ ਚੱਲੇ। ਦੇਖੋ ਆਪਾਂ ਆਪਣੀ ਉਮਰ ਜਿੰਨੀ ਵੀ ਹੋਈ ਹੈ, ਆਪਾਂ ਨੇ ਸ਼ੁਰੂ ਤੋਂ ਇਹ ਕਵੀਸ਼ਰ ਸੁਣੇ ਜਿਨ੍ਹਾਂ ਦੇ ਵਿੱਚੋਂ ਸੰਦੇਸ਼ ਸੀ, ਆਪਾਂ ਨੂੰ ਪੂਰਨ ਭਗਤਪੁਰਾਂ ਦਾ ਨਹੀਂ ਸੀ ਪਤਾ, ਨਹੀਂ ਪਤਾ, ਪਰ ਉਹ ਸਾਡੇ ਕਵੀਸ਼ਰ ਹੋਏ ਨੇ, ਪੂਰਨ ਚੰਦ ਜਮਲਾ ਜੀ ਹਜਰਾਮਾ ਵਾਲੇ, ਲਾਲ ਚੰਦ ਜਮਲਾ ਜੀ ਪੰਜਾਬੀ ਗਾਇਕ ਜਿਹਨਾਂ ਨੂੰ ਅੱਜ ਵੀ ਦੁਨੀਆ ਮਤਲਬ ਕਿ ਸਤਿਕਾਰ ਦਿੰਦੀ ਹੈ, ਉਹਨਾਂ ਦੇ ਗੀਤਾਂ ਨੂੰ ਬਹੁਤ ਸੁਣਦਾ, ਮਨਦਾਰ ਸਤਿਕਾਰ ਕਰਨਾ। ਹਾਂਜੀ, ਨਸੀਬ ਚੰਦ ਪਾਤੜਾਂ ਵਾਲੇ ਜੀ, ਹਾਂ ਬਹੁਤ ਵਧੀਆ ਗਾਇਆ ਉਹਨਾਂ, ਬਿਲਕੁਲ ਜੀ, ਕੁਲਦੀਪ ਮਾਨਕ ਸਾਹਿਬ, ਜਿਹਨਾਂ ਤੋਂ ਆਪਾਂ ਨੂੰ ਕਾਫੀ ਚੀਜ਼ਾਂ ਜਿਹੜੀਆਂ ਸਿੱਖਣ ਨੂੰ ਮਿਲੀਆਂ ਨੇ, ਇਸ ਕਰਕੇ ਹੀ ਆਪਾਂ ਵੀ ਇਸੇ, ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਹਾਡੇ ਵਰਗੇ ਕਲਾਕਾਰ ਨੇ ਜਿਹਨਾਂ ਤੋਂ ਕੁਛ ਸਿੱਖਣ ਨੂੰ ਸਾਡੇ ਸਮਾਜ ਨੂੰ ਸੇਧ ਮਿਲੀ, ਸਾਡੇ ਬੱਚੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਧੀਆ ਇਨਸਾਨ ਬਣਨ, ਸਾਡੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਉਸ ਪਾਸੇ ਤੁਰਨ, ਉਹਨਾਂ ਦੀ ਸੋਚ ਨੂੰ ਜਿਉਂਦਾ ਰੱਖਣ, ਜਾਗਦਾ ਰੱਖਣ। ਸੋ ਤੁਸੀਂ ਬਹੁਤ ਵਧੀਆ ਇੱਕ ਸੋਚ ਲੈ ਕੇ ਚੱਲੇ ਹੋ, ਤੁਹਾਡਾ ਜਿਹੜਾ ਬਹੁਤ ਬਹੁਤ ਧੰਨਵਾਦ ਅਰੰਗ ਪੰਜਾਬ ਦੇ ਯੂਟਿਊਬ ਚੈਨਲ ਦੇ ਵੱਲੋਂ। ਔਰ ਮੈਂ ਸਾਡੇ ਦਰਸ਼ਕ ਵੀਰਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਜੋ ਸਾਡੇ ਚੰਗਾ ਗਾਉਣ ਵਾਲੇ ਨੇ, ਚੰਗਾ ਲਿਖਣ ਵਾਲੇ ਨੇ, ਉਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਕਿਉਂਕਿ ਅੱਜ ਆਪਾਂ ਦੇਖਦੇ ਹਾਂ ਨਸ਼ਿਆਂ ਦੀ ਭਰਮਾਰ ਹੈ। ਆਪਾਂ ਸਰਕਾਰਾਂ ਨੂੰ ਵੀ ਦੋਸ਼ੀ ਦਿੰਦੇ ਹਾਂ, ਪਰ ਆਪਾਂ ਨੂੰ ਖੁਦ ਵੀ ਜ਼ਿੰਮੇਵਾਰ ਹਾਂ, ਆਪਾਂ ਨੂੰ ਖੁਦ ਪਤਾ ਮੇਰਾ ਬੱਚਾ ਕਿੱਥੇ ਗਿਆ ਹੋਇਆ, ਸਾਡੇ ਬੱਚਿਆਂ ਨੂੰ ਆਪਾਂ ਸਿਖਾਇਆ ਕੀ ਹੈ,
ਅਤੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਨੇ ਚਾਹੇ ਉਹਨੂੰ ਗਾਲ ਦੇਣ ਸਿਖਾ ਲਓ ਅਤੇ ਚਾਹੇ ਉਹਨੂੰ ਭਗਤ ਸਿੰਘ ਦੇ ਸਾਖੀਆਂ ਸੁਣਾ ਦਿਉ, ਛੋਟੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾ ਦਿਉ, ਤਾਂ ਫਿਰ ਉਹਨਾਂ ਨੂੰ ਉਹਦੇ ਵਿੱਚੋਂ ਬੜਾ ਕੁਛ ਮਿਲੂਗਾ। ਆਉਣ ਵਾਲੇ ਸਮੇਂ ਦੇ ਵਿੱਚ ਐਟੋਮੈਟਿਕ ਹੀ ਉਹ ਸਾਡੇ ਵਿਰਸੇ ਦੇ ਨਾਲ ਸਾਡੇ ਸੱਭਿਆਚਾਰ ਦੇ ਨਾਲ ਜੁੜਨਗੇ। ਸੋ ਇੰਨੀਆਂ ਗੱਲਾਂ ਜੋ ਸਾਡੇ ਬਾਈ ਭੋਲਾ ਸਿੰਘ ਸੰਗਰਾਮੀ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਇਹਨਾਂ ਦੇ ਜੀਵਨ 'ਤੇ ਝਾਤ ਮਾਰੀ। ਸੋ ਬਹੁਤ ਵਧੀਆ ਕਲਾਕਾਰ ਨੇ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਕਿਉਂਕਿ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਰੰਗ ਪੰਜਾਬ ਦੇ ਅਸਲੀ ਜਿਹੜੇ ਰੰਗ ਪੰਜਾਬ ਦੇ ਨੇ ਜੋ ਕਿ ਸਾਡੇ ਸੰਘਰਸ਼ੀ ਲੋਕ ਨੇ ਕਿਸੇ ਵੀ ਖੇਤਰ ਦੇ ਵਿੱਚ ਨੇ, ਅਸੀਂ ਉਹ ਤੁਹਾਡੇ ਨਾਲ ਜ਼ਰੂਰ ਮਿਲਾਉਂਦੇ ਰਹਾਂਗੇ। ਸੋ ਸਾਰਿਆਂ ਨੂੰ ਦਿਓ, ਸਾਰੇ ਮੈਨੂੰ ਦਿਓ ਇਜਾਜ਼ਤ, ਮੈਂ ਧਰਮਾ ਰਿਹਾ ਰੰਗ ਪੰਜਾਬ ਯੂਟਿਊਬ ਚੈਨਲ ਤੋਂ। ਸੋ ਸਤਿ ਸ਼੍ਰੀ ਅਕਾਲ।